ਉਹ ਆਂਦਾ ਕਲਮਾ ਪੜ, ਮੈਂ ਕਿਹਾ ਮੈਂ ਆਪਣੇ ਮਸੀਹ ਦਾ ਹੀ ਪੜਾਂਗਾ, ਮੈਂ ਆਪਣੇ ਮਸੀਹ ਦਾ ਹੀ ਕਲਮਾ ਪੜਾਂਗਾ। ਉਹਨੇ ਮੈਨੂੰ ਮੌਕਾ ਹੀ ਨਹੀਂ ਆਉਣ ਦਿੱਤਾ, ਉਹਨੇ ਮੈਨੂੰ ਕਲਮਾ ਹੀ ਨਹੀਂ ਪੜਨ ਦਿੱਤਾ ਆਪਣੇ ਮਸੀਹ ਦਾ। ਮੈਂ ਆਖਿਆ ਲੱਗਾ ਕਿ ਯਾਰ ਰਸੂਲ ਅੱਲਾ ਮੇਰੇ ਫਾਇਰ ਮਾਰਤਾ, ਸਿੱਧਾ ਹੀ ਫਾਇਰ ਮਾਰਤਾ ਜੀ ਮੇਰੇ। ਚਾਰ ਦਿਨ ਪਹਿਲਾਂ ਨਾ ਮੈਂ ਆਪਣੇ ਬੇਟੇ ਨੂੰ ਲੈ ਕੇ ਆਵਾਂ ਸਕੂਲ, ਸਕੂਲ ਤੋਂ ਵਾਪਸੀ ਤੇ ਚਾਵਲਾ ਮਿਲ ਤੇ ਵਾਪਸੀ ਦੇ ਦਰਮਿਆਨ ਵਿੱਚ ਮੈਨੂੰ ਦੋ ਬੰਦਿਆਂ ਨੇ ਰੋਕਿਆ। ਉਹਨਾਂ ਆਖਿਆ ਜਿਸ ਤਰ੍ਹਾਂ ਤੁਸੀਂ ਸਾਡੇ ਨਵੀਂ ਪਾਕ ਦਾ ਨਾਮ ਮਿਟਾਇਆ ਨਾ, ਕੋਸ਼ਿਸ਼ ਕੀਤੀ ਮਿਟਾਉਣ ਦੀ, ਮਿਟ ਨਹੀਂ ਸਕਦਾ, ਇਨਸ਼ਾਅੱਲਾ ਇਸ ਤਰ੍ਹਾਂ ਤੇਰਾ ਵੀ ਨਾਂ ਅਸੀਂ ਮਿਟਾਵਾਂਗੇ। ਉਹੀ ਬੰਦਾ ਜਿਹੜਾ ਇੱਕ ਉਹਨੇ ਮੈਨੂੰ ਰੋਕਿਆ